ਸਤਿ ਸ਼੍ਰੀ ਅਕਾਲ ਜੀ, ਕੈਨੇਡਾ ਨਿਊਜ਼ ਬੁਲੇਟਿਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਕੌਰ ਗਿੱਲ। ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ। G20 ਸੰਮੇਲਨ 'ਚ ਸ਼ਿਰਕਤ ਕਰਨ ਬ੍ਰਾਜ਼ੀਲ ਪਹੁੰਚੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਵੱਖ ਵੱਖ ਦੇਸ਼ਾਂ ਦੇ ਮੰਤਰੀਆਂ ਦੇ ਨਾਲ ਕਰ ਸਕਦੇ ਨੇ ਅਹਿਮ ਗੱਲਬਾਤ। ਇਮੀਗ੍ਰੇਸ਼ਨ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੱਡਾ ਬਿਆਨ ਆਇਆ ਸਾਹਮਣੇ, ਕਿਹਾ ਤਬਦੀਲੀਆਂ ਲਈ ਅਸੀਂ ਤੇਜ਼ੀ ਨਾਲ ਕਰ ਸਕਦੇ ਸੀ ਕੰਮ। ਹੁਣ ਸੌਖਾ ਨਹੀਂ ਹੋਵੇਗਾ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਕਾਲਜ ਬਦਲਣਾ, ਸਰਕਾਰ ਨੇ ਅਹਿਮ ਨਿਯਮਾਂ ਦੇ ਵਿੱਚ ਕੀਤੀ ਤਬਦੀਲੀ। ਕੈਨੇਡਾ ਅਮਰੀਕਾ ਸਰਹੱਦ ਪਾਰ ਕਰਨ ਵਾਲਿਆਂ ਲਈ ਵੱਡੀ ਖਬਰ, ਜਨਵਰੀ 2025 ਤੋਂ ਬਦਲੇ ਜਾ ਰਹੇ ਨੇ ਸਰਵਿਸ ਆਵਰਸ। ਹੁਣ ਖਬਰਾਂ ਵਿਸਥਾਰ ਦੇ ਨਾਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ G20 ਸੰਮੇਲਨ ਵਾਸਤੇ ਬ੍ਰਾਜ਼ੀਲ ਪਹੁੰਚ ਗਏ ਨੇ, ਜਿੱਥੇ ਉਹ ਵੱਖ ਵੱਖ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀਆਂ ਦੇ ਨਾਲ ਮੁਲਾਕਾਤ ਵੀ ਕਰਨਗੇ ਅਤੇ ਕਈ ਤਰ੍ਹਾਂ ਦੀਆਂ ਯੋਜਨਾਵਾਂ ਅਤੇ ਮੁੱਦਿਆਂ ਦੇ ਉੱਤੇ ਗੱਲਬਾਤ ਵੀ ਕਰਨਗੇ। ਅਜਿਹੇ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਨੇ, ਜਿਸ ਵਿੱਚ ਉਹ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਦੇ ਨਾਲ ਮੁਲਾਕਾਤ ਕਰਦੇ ਹੋਏ ਵਿਖਾਈ ਦੇ ਰਹੇ ਨੇ। ਗੌਰਤਲਬ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਸੰਮੇਲਨ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਪਹੁੰਚੇ ਹੋਏ ਨੇ। ਕੈਸਟੇ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਨਾਲ ਵੀ ਕਿਸੇ ਮਾਮਲੇ ਨੂੰ ਲੈ ਕੇ ਗੱਲਬਾਤ ਹੋ ਸਕਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ G20 ਸੰਮੇਲਨ ਲਈ ਬ੍ਰਾਜ਼ੀਲ ਪਹੁੰਚ ਗਏ ਨੇ, ਕਿਉਂਕਿ ਓਟਵਾ ਸੰਯੁਕਤ ਰਾਜ ਅਮਰੀਕਾ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਵਧਦੀ ਅਰਥਵਿਵਸਥਾਵਾਂ ਵਿਚਾਲੇ ਵੱਧ ਰਹੀ ਦਰਾਰ ਦੇ ਵਿਚਾਲੇ ਆਪਣਾ ਸਥਾਨ ਲੱਭ ਰਿਹਾ ਹੈ। 20 ਦਾ ਸਮੂਹ ਇੱਕ ਅੰਤਰ ਸਰਕਾਰੀ ਫੋਰਮ ਹੈ, ਜਿਸ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵਰਗੇ ਲੰਬੇ ਸਮੇਂ ਦੇ ਸਹਿਯੋਗੀ ਤੋਂ ਲੈ ਕੇ ਅਰਜਨਟੀਨਾ ਦੇ ਰਾਸ਼ਟਰਪਤੀ ਜ਼ੇਵੀਅਰ ਮਾਇਲੀ ਵਰਗੇ ਲੋਕਪ੍ਰਿਯ ਫਾਇਰ ਬ੍ਰਾਂਡਾਂ ਤੱਕ ਦੇ ਨੇਤਾ ਸ਼ਾਮਿਲ ਨੇ। ਉਹ ਰੀਓ ਡੀ ਜਨੇਰੀਓ ਵਿੱਚ ਮਿਲੇ ਨੇ ਤਾਂ ਜੋ ਵਿਸ਼ਵ ਵਿਆਪੀ ਭੁੱਖ ਨੂੰ ਹੱਲ ਕਰਨ ਤੋਂ ਲੈ ਕੇ ਡਿਜੀਟਲ ਮੁਦਰਾਵਾਂ ਦੇ ਆਲੇ ਦੁਆਲੇ ਨਿਯਮ ਸਥਾਪਿਤ ਕਰਨ ਤੱਕ ਦੇ ਮੁੱਦਿਆਂ 'ਤੇ ਸਾਂਝਾ ਆਧਾਰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਇਹ ਸੰਮੇਲਨ ਅਮਰੀਕੀ ਵੋਟਰਾਂ ਵੱਲੋਂ ਅਗਲੇ ਸਾਲ ਡੋਨਾਲਡ ਟਰੰਪ ਨੂੰ ਵਾਈਟ ਹਾਊਸ ਵਾਪਸ ਭੇਜਣ ਦੇ ਫੈਸਲੇ ਤੋਂ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ ਹੋਇਆ ਹੈ। ਮੁਹਿੰਮ ਦੌਰਾਨ ਟਰੰਪ ਨੇ ਅਮਰੀਕਾ ਨੂੰ ਗਲੋਬਲ ਸੰਸਥਾਵਾਂ ਤੋਂ ਬਾਹਰ ਕੱਢਣ ਅਤੇ ਵਿਦੇਸ਼ੀ ਵਸਤੂਆਂ 'ਤੇ ਟੈਰਿਫ ਵਧਾਉਣ ਦਾ ਵਾਅਦਾ ਕੀਤਾ ਸੀ। G20 ਰਿਸਰਚ ਗਰੁੱਪ ਦੇ ਮੁਖੀ ਜੌਨ ਕਰਟਨ ਦਾ ਕਹਿਣਾ ਹੈ ਕਿ ਫੋਰਮ ਹੀ ਮੁੱਖ ਸਾਧਨ ਹੈ ਜੋ ਦੇਸ਼ਾਂ ਨੂੰ ਟਰੰਪ ਦੇ ਦੂਜੇ ਰਾਸ਼ਟਰਪਤੀ ਬਣਨ ਲਈ ਤਿਆਰ ਕਰਨਾ ਹੈ। ਸਿਖਰ ਸੰਮੇਲਨ ਵਿੱਚ ਟਰੂਡੋ ਦਾ ਬਹੁਤਾ ਸਮਾਂ ਸੰਭਾਵਿਤ ਤੌਰ 'ਤੇ ਵੱਖ ਵੱਖ ਨੇਤਾਵਾਂ ਨਾਲ ਗੈਰ ਰਸਮੀ ਗੱਲਬਾਤ ਵਿੱਚ ਸ਼ਾਮਿਲ ਹੋਇਆ, ਹਾਲਾਂਕਿ ਉਹਨਾਂ ਤੋਂ ਕੁਝ ਰਸਮੀ ਗੱਲਬਾਤ ਵੀ ਹੋਣ ਦੀ ਉਮੀਦ ਹੈ। ਐਤਵਾਰ ਦੁਪਹਿਰ ਨੂੰ ਉਹ ਸੰਮੇਲਨ ਦੇ ਨਾਲ ਨਾਲ ਗਰੀਬੀ ਵਿਰੋਧੀ ਸਮੂਹ ਗਲੋਬਲ ਸਿਟੀਜ਼ਨ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਤਿਆਰ ਸਨ। ਸ਼ਨੀਵਾਰ ਸ਼ਾਮ ਨੂੰ ਟਰੂਡੋ ਦੇ ਦਫ਼ਤਰ ਨੇ ਇਹ ਸਪਸ਼ਟ ਨਹੀਂ ਕੀਤਾ ਸੀ ਕਿ ਉਹ G20 ਵਿੱਚ ਕਿਹੜੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ, ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨਾਲ ਇੱਕ ਤਸਵੀਰ ਜ਼ਰੂਰ ਸਾਂਝ ਕੀਤੀ ਹੈ। ਮੈਕਸੀਕੋ ਦੇ ਰਾਸ਼ਟਰਪਤੀ ਕਲੌਡੀਆ ਸ਼ੈਨਬੋਮ ਇਸ ਸੰਮੇਲਨ ਵਿੱਚ ਸ਼ਿਰਕਤ ਕਰਨਗੇ, ਜੋ ਅਹੁਦਾ ਸੰਭਾਲਣ ਤੋਂ ਬਾਅਦ ਟਰੂਡੋ ਨਾਲ ਵਿਅਕਤੀਗਤ ਤੌਰ 'ਤੇ ਮੁਲਾਕਾਤ ਕਰਨ ਦਾ ਪਹਿਲਾ ਮੌਕਾ ਪ੍ਰਦਾਨ ਕਰ ਸਕਦੇ ਨੇ। ਦੋਵੇਂ ਦੇਸ਼ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੀ 2026 ਦੀ ਸਮੀਖਿਆ ਦਾ ਸਾਹਮਣਾ ਕਰ ਰਹੇ ਨੇ ਅਤੇ ਦੋਵੇਂ ਨੇਤਾ ਜਲਵਾਯੂ ਤਬਦੀਲੀ ਨਾਲ ਲੜਨ ਦੇ ਵਾਅਦੇ 'ਤੇ ਚੁਣੇ ਗਏ ਸਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇੱਕ ਵੀਡੀਓ ਯੂਟਿਊਬ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਇਹ ਕਹਿੰਦੇ ਹੋਏ ਵਿਖਾਈ ਦੇ ਰਹੇ ਨੇ ਕਿ ਇਮੀਗ੍ਰੇਸ਼ਨ ਤਬਦੀਲੀਆਂ ਲਈ ਅਸੀਂ ਤੇਜ਼ੀ ਨਾਲ ਕੰਮ ਕਰ ਸਕਦੇ ਸੀ। ਪ੍ਰਧਾਨ ਮੰਤਰੀ ਨੇ ਇਮੀਗ੍ਰੇਸ਼ਨ ਵਿੱਚ ਧਾਂਦਲੀ ਲਈ ਮਾੜੇ ਅਨਸਰਾਂ ਨੂੰ ਜ਼ਿੰਮੇਵਾਰ ਠਹਿਰਾਇਆ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਾੜੇ ਅਨਸਰਾਂ ਤੇ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਫੈਡਰਲ ਸਰਕਾਰ ਇਮੀਗ੍ਰੇਸ਼ਨ ਪ੍ਰੋਗਰਾਮਾਂ ਤੇ ਲਗਾਮ ਲਗਾਉਣ ਲਈ ਤੇਜ਼ੀ ਨਾਲ ਕਾਰਵਾਈ ਕਰ ਸਕਦੀ ਸੀ। ਟਰੂਡੋ ਨੇ ਐਤਵਾਰ ਨੂੰ ਯੂਟਿਊਬ 'ਤੇ ਤਕਰੀਬਨ 7 ਮਿੰਟ ਦਾ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਕੈਨੇਡਾ ਵਿੱਚ ਪਰਮਨੈਂਟ ਰੈਜ਼ੀਡੈਂਟਸ ਦੇ ਦਾਖਲਿਆਂ ਦੀ ਗਿਣਤੀ ਵਿੱਚ ਕਮੀ ਅਤੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਵਿੱਚ ਬਦਲਾਅ ਬਾਰੇ ਗੱਲ ਕੀਤੀ। ਅਗਲੇ 2 ਸਾਲਾਂ ਵਿੱਚ ਪਰਮਨੈਂਟ ਰੈਜ਼ੀਡੈਂਸੀ ਸਟ੍ਰੀਮ ਵਿੱਚ ਲਗਭਗ 20% ਕਟੌਤੀ ਕੀਤੀ ਜਾ ਰਹੀ ਹੈ ਅਤੇ 2027 ਵਿੱਚ 3,65,000 PR ਸਵੀਕਾਰ ਕੀਤੇ ਜਾਣਗੇ। ਵੀਡੀਓ ਵਿੱਚ ਟਰੂਡੋ ਨੇ ਮਹਾਮਾਰੀ ਲੌਕਡਾਊਨ ਖਤਮ ਹੋਣ ਤੋਂ ਬਾਅਦ ਲੇਬਰ ਮਾਰਕੀਟ ਨੂੰ ਹੁਲਾਰਾ ਦੇਣ ਲਈ ਇਮੀਗ੍ਰੇਸ਼ਨ ਨੂੰ ਵਧਾਉਣ ਦੀ ਜ਼ਰੂਰਤ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਇਸ ਕਦਮ ਨੇ ਮੰਦੀ ਤੋਂ ਬਚਣ ਵਿੱਚ ਮਦਦ ਕੀਤੀ। ਪਰ ਇਸ ਤੋਂ ਬਾਅਦ ਟਰੂਡੋ ਨੇ ਕਿਹਾ ਕਿ ਕੁਝ ਮਾੜੇ ਅਨਸਰਾਂ ਨੇ ਇਹਨਾਂ ਪ੍ਰੋਗਰਾਮਾਂ ਦਾ ਫਾਇਦਾ ਚੁੱਕਿਆ, ਕੁਝ ਨੇ ਇਸ ਨੂੰ ਸਿਸਟਮ ਵਿੱਚ ਧਾਂਦਲੀ ਕਰਕੇ ਮੁਨਾਫੇ ਵਜੋਂ ਦੇਖਿਆ, ਅਸੀਂ ਬਹੁਤ ਸਾਰੀਆਂ ਕਾਰਪੋਰੇਸ਼ਨਾਂ ਨੂੰ ਅਜਿਹਾ ਕਰਦਿਆਂ ਵੇਖਿਆ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਆਪਣੇ ਫਾਇਦੇ ਲਈ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮਾਂ ਦੀ ਵਰਤੋਂ ਕੀਤੀ ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀ ਬਹੁਤ ਜ਼ਿਆਦਾ ਟਿਊਸ਼ਨ ਫੀਸ ਅਦਾ ਕਰਦੇ ਨੇ। ਉਹਨਾਂ ਨੇ ਕਿਹਾ ਕਿ ਘੁਟਾਲੇਬਾਜ਼ਾਂ ਨੇ ਨਾਗਰਿਕਤਾ ਦੇ ਲਾਰਿਆਂ ਨਾਲ ਹਾਸ਼ੀਆਗਤ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ। ਟਰੂਡੋ ਨੇ ਕਿਹਾ ਕਿ ਪਿੱਛੇ ਝਾਤ ਮਾਰਦਿਆਂ ਜਦੋਂ ਮਹਾਮਾਰੀ ਤੋਂ ਬਾਅਦ ਦਾ ਉਛਾਲ ਮੱਠਾ ਹੋਇਆ ਅਤੇ ਕਾਰੋਬਾਰਾਂ ਨੂੰ ਹੁਣ ਵਾਧੂ ਕਾਮਿਆਂ ਦੀ ਲੋੜ ਨਹੀਂ ਰਹੀ। ਇੱਕ ਫੈਡਰਲ ਟੀਮ ਵਜੋਂ ਅਸੀਂ ਤੇਜ਼ੀ ਨਾਲ ਕੰਮ ਕਰ ਸਕਦੇ ਸੀ ਅਤੇ ਤੇਜ਼ੀ ਨਾਲ ਪ੍ਰਵਾਹ ਨੂੰ ਬੰਦ ਕਰ ਸਕਦੇ ਸੀ। ਫਿਰ ਟਰੂਡੋ ਨੇ ਕੈਨੇਡਾ ਆਉਣ ਵਾਲੇ ਸਥਾਈ ਅਤੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਦੇ ਨਿਰਧਾਰਿਤ ਟੀਚੇ ਦੇ ਨਾਲ ਨਵੀਂ ਇਮੀਗ੍ਰੇਸ਼ਨ ਯੋਜਨਾ ਬਾਰੇ ਗੱਲ ਕੀਤੀ। ਅਗਲੇ 2 ਸਾਲਾਂ ਵਿੱਚ ਨਵੇਂ ਪਰਮਨੈਂਟ ਰੈਜ਼ੀਡੈਂਟਸ ਵਿੱਚ ਪੜਾਵਾਰ ਕਟੌਤੀ ਤੋਂ ਇਲਾਵਾ ਹਾਲੀਆ ਤਬਦੀਲੀਆਂ ਨੇ ਰੁਜ਼ਗਾਰਦਾਤਾਵਾਂ ਲਈ ਅਸਥਾਈ ਵਰਕਰ ਪਰਮਿਟਾਂ ਦੀ ਮਨਜ਼ੂਰੀ ਪ੍ਰਾਪਤ ਕਰਨਾ ਵੀ ਮੁਸ਼ਕਲ ਬਣਾ ਦਿੱਤਾ ਹੈ। ਟਰੂਡੋ ਦਾ ਕਹਿਣਾ ਹੈ ਕਿ ਸਰਕਾਰ ਦਾ ਇਮੀਗ੍ਰੇਸ਼ਨ ਕਟੌਤੀ ਦਾ ਟੀਚਾ ਆਬਾਦੀ ਦੇ ਵਿਕਾਸ ਨੂੰ ਸਥਿਰ ਕਰਨ ਵਿੱਚ ਮਦਦ ਕਰਨਾ ਹੈ ਤਾਂ ਕਿ ਉਦੋਂ ਤੱਕ ਹਾਊਸਿੰਗ ਉਪਲਬਧਤਾ ਵੀ ਵੱਧ ਸਕੇ ਅਤੇ ਫਿਰ ਇੱਕ ਵਾਰ ਹੌਲੀ ਹੌਲੀ ਇਮੀਗ੍ਰੇਸ਼ਨ ਦਰਾਂ ਨੂੰ ਵਧਾਉਣ ਬਾਰੇ ਵਿਚਾਰ ਕਰਨਾ ਹੈ। ਇਸ ਬਾਰੇ ਟਿੱਪਣੀ ਕਰਨ ਲਈ ਪਹੁੰਚ ਕਰਨ 'ਤੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਦੇ ਬੁਲਾਰੇ ਸੈਬਾਸਟੀਅਨ ਸਕੈਮਨਸਕੀ ਨੇ ਪੋਲੀਏਵ ਦੇ ਵੈਨਕੂਵਰ ਵਿੱਚ CKNW 980 ਦੇ ਦ ਜਸ ਚਾਰਲ ਸ਼ੋਅ ਨੂੰ ਦਿੱਤੇ ਇੰਟਰਵਿਊ ਦਾ ਹਵਾਲਾ ਦਿੱਤਾ ਜਿਸ ਵਿੱਚ ਉਹਨਾਂ ਨੇ ਇਮੀਗ੍ਰੇਸ਼ਨ ਬਾਰੇ ਗੱਲ ਕੀਤੀ ਸੀ। ਉਸ ਇੰਟਰਵਿਊ ਵਿੱਚ ਪੋਲੀਏਵ ਨੇ ਕਿਹਾ ਸੀ ਕਿ ਟਰੂਡੋ ਹੁਣ ਆਪਣੀ ਹੀ ਇਮੀਗ੍ਰੇਸ਼ਨ ਨੀਤੀ ਨੂੰ ਭੰਨ ਰਹੇ ਨੇ ਅਤੇ ਚਾਹੁੰਦੇ ਨੇ ਕਿ ਅਸੀਂ ਵਿਸ਼ਵਾਸ ਕਰੀਏ ਕਿ ਉਹ ਉਹਨਾਂ ਸਮੱਸਿਆਵਾਂ ਦਾ ਹੱਲ ਕਰਨਗੇ ਜੋ ਉਹਨਾਂ ਨੇ ਆਪ ਹੀ ਪੈਦਾ ਕੀਤੀਆਂ ਨੇ। ਪੋਲੀਏਵ ਨੇ ਕਿਹਾ ਸੀ ਕਿ ਮੁੱਖ ਗੱਲ ਇਹ ਹੈ ਕਿ ਸਾਨੂੰ ਆਪਣੀ ਇਮੀਗ੍ਰੇਸ਼ਨ ਨੂੰ ਠੀਕ ਕਰਨਾ ਹੋਵੇਗਾ, ਦੁਨੀਆ ਦੀ ਸਭ ਤੋਂ ਵਧੀਆ ਪ੍ਰਣਾਲੀ ਵਜੋਂ ਵਾਪਸੀ ਕਰਨੀ ਪਵੇਗੀ, ਅਜਿਹੀ ਪ੍ਰਣਾਲੀ ਜਿਸ ਨੇ ਮੇਰੀ ਪਤਨੀ ਨੂੰ ਕਾਨੂੰਨੀ ਅਤੇ ਜਾਇਜ਼ ਤੌਰ 'ਤੇ ਸ਼ਰਨਾਰਥੀ ਵਜੋਂ ਇੱਥੇ ਲਿਆਂਦਾ, ਅਜਿਹੀ ਜਿਸ ਨੇ ਕੈਨੇਡੀਅਨ ਵਾਅਦੇ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਲੋਕਾਂ ਨੂੰ ਇੱਥੇ ਲਿਆਂਦਾ ਅਤੇ ਮੈਂ ਪ੍ਰਧਾਨ ਮੰਤਰੀ ਵਜੋਂ ਇਹੀ ਕਰਾਂਗਾ। ਪੋਲੀਏਵ ਕਹਿ ਚੁੱਕੇ ਨੇ ਕਿ ਉਹ ਹੈਲਥ ਕੇਅਰ ਅਤੇ ਨੌਕਰੀਆਂ ਤੱਕ ਪਹੁੰਚ ਵਰਗੇ ਹੋਰ ਕਾਰਕਾਂ 'ਤੇ ਵਿਚਾਰ ਕਰਦੇ ਹੋਏ ਇਮੀਗ੍ਰੇਸ਼ਨ ਦਰਾਂ ਨੂੰ ਉਪਲਬਧ ਰਿਹਾਇਸ਼ਾਂ ਨਾਲ ਜੋੜਨਗੇ। ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਵੀਡੀਓ ਨੂੰ ਕੈਨੇਡੀਅਨਸ ਤੱਕ ਸਰਕਾਰੀ ਨੀਤੀ ਨੂੰ ਸੰਚਾਰਿਤ ਕਰਨ ਦੇ ਇੱਕ ਹੋਰ ਸਾਧਨ ਵਜੋਂ ਜਾਰੀ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਡੋਨਲਡ ਟਰੰਪ ਵੱਲੋਂ ਡਿਪੂਟੇਸ਼ਨ ਦੇ ਵਾਅਦਿਆਂ ਕਰਕੇ ਅਨਿਯਮਿਤ ਪ੍ਰਵਾਸ ਦੀ ਸੰਭਾਵਨਾ ਬਾਰੇ ਚਿੰਤਾਵਾਂ ਦੇ ਮੱਦੇਨਜ਼ਰ ਇਹ ਵੀਡੀਓ ਅਮਰੀਕੀ ਚੋਣਾਂ ਤੋਂ ਪਹਿਲਾਂ ਫਿਲਮਾਇਆ ਗਿਆ ਸੀ।
ਹੁਣ ਕੈਨੇਡਾ ਦੇ ਵਿੱਚ ਆ ਕੇ ਸੌਖੇ ਤਰੀਕੇ ਦੇ ਨਾਲ ਕਾਲਜ ਨਹੀਂ ਬਦਲਿਆ ਜਾ ਸਕਦਾ, 24 ਘੰਟੇ ਕੰਮ ਕਰ ਸਕਦੇ ਨੇ ਅੰਤਰਰਾਸ਼ਟਰੀ ਵਿਦਿਆਰਥੀ। ਇਹ ਫੈਸਲਾ ਕੈਨੇਡਾ ਸਰਕਾਰ ਨੇ ਲੈ ਲਿਆ। ਕਈ ਵਿਦਿਆਰਥੀ ਵੱਖ ਵੱਖ ਕਾਰਨਾਂ ਕਰਕੇ ਆਪਣਾ ਕਾਲਜ ਬਦਲ ਲੈਂਦੇ ਹੁੰਦੇ ਸੀ, ਪਰ ਇਹ ਹੁਣ ਉਹਨਾਂ ਲਈ ਸੌਖਾ ਨਹੀਂ ਹੋਵੇਗਾ। ਇਸ ਸੰਬੰਧੀ ਕਿਹੜੇ ਨਿਯਮਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਨੇ, ਇਸ ਬਾਬਤ ਇੱਕ ਡਿਟੇਲ ਰਿਪੋਰਟ 'ਤੇ ਮਾਰਦੇ ਨਜ਼ਰ। ਕੈਨੇਡਾ ਵਿੱਚ ਸਟੱਡੀ ਵੀਜ਼ਾ ਉੱਤੇ ਆਏ ਹੋਏ ਵਿਦਿਆਰਥੀਆਂ ਨੂੰ ਆਪਣਾ ਕਾਲਜ ਬਦਲਣਾ ਹੁਣ ਪਹਿਲਾਂ ਵਾਂਗ ਸੌਖਾ ਨਹੀਂ ਹੋਵੇਗਾ। ਇਸ ਰਿਪੋਰਟ ਰਾਹੀਂ ਅਸੀਂ ਸਮਝਣ ਦਾ ਯਤਨ ਕਰਾਂਗੇ ਕਿ ਕਾਲਜ ਬਦਲਣ ਬਾਬਤ ਨਵੇਂ ਨਿਯਮ ਕੀ ਨੇ ਅਤੇ ਇਸ ਨਾਲ ਵਿਦਿਆਰਥੀਆਂ 'ਤੇ ਕੀ ਅਸਰ ਪੈ ਸਕਦਾ ਹੈ। ਨਿਯਮਾਂ ਮੁਤਾਬਕ ਹੁਣ ਵਿਦਿਆਰਥੀਆਂ ਨੂੰ ਕਾਲਜ ਬਦਲਣ ਲਈ ਨਵਾਂ ਸਟੱਡੀ ਪਰਮਿਟ ਲੈਣ ਲਈ ਅਰਜ਼ੀ ਦੇਣੀ ਪਵੇਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਵਿੱਚ ਪੜ੍ਹਨ ਅਤੇ ਵਿਦਿਆਰਥੀ ਸਟੱਡੀ ਪਰਮਿਟ ਲੈ ਕੇ ਆਉਂਦੇ ਸਨ, ਪਰ ਪੜ੍ਹਾਈ ਪਸੰਦ ਨਾ ਹੋਣ ਕਾਰਨ ਆਪਣੇ ਕਿਸੇ ਰਿਸ਼ਤੇਦਾਰ ਕੋਲ ਰਹਿਣ ਕਿਸੇ ਕਾਰਨਾਂ ਕਰਕੇ ਕਾਲਜ ਬਦਲ ਲੈਂਦੇ ਹੁੰਦੇ ਸਨ। ਵਿਦਿਆਰਥੀਆਂ ਨੂੰ ਕਾਲਜ ਤੋਂ ਆਫਰ ਲੈਟਰ ਲੈਣਾ ਪੈਂਦਾ ਸੀ ਅਤੇ ਵਿਦਿਆਰਥੀ ਇਮੀਗ੍ਰੇਸ਼ਨ ਮੰਤਰਾਲੇ ਨੂੰ ਕਾਲਜ ਬਦਲਣ ਤੋਂ ਬਾਅਦ ਸੂਚਿਤ ਕਰ ਸਕਦੇ ਸਨ। ਵਿਦਿਆਰਥੀਆਂ ਨੂੰ ਕੁਝ ਫੀਸ ਵਾਪਸ ਮਿਲ ਜਾਂਦੀ ਸੀ ਅਤੇ ਪਹਿਲੇ ਕਾਲਜ ਤੋਂ ਪੜ੍ਹੇ ਕੁਝ ਕ੍ਰੈਡਿਟ ਅਗਲੇ ਕਾਲਜ ਵਿੱਚ ਟ੍ਰਾਂਸਫਰ ਹੋ ਜਾਂਦੇ ਸਨ। ਸਟੱਡੀ ਪਰਮਿਟ ਲੈਣ ਲਈ ਲੋੜੀਂਦੀਆਂ ਸ਼ਰਤਾਂ ਹੁੰਦੀਆਂ ਸਨ, ਜਿਵੇਂ ਕਿ ਸਟੱਡੀ ਪਰਮਿਟ ਦੀ ਅਰਜ਼ੀ ਦੇਣ ਲਈ ਬਿਨੈਕਾਰ ਕੋਲ ਮਨਜ਼ੂਰਸ਼ੁਦਾ ਕਾਲਜ ਤੋਂ ਲੈਟਰ ਆਫ ਐਕਸੈਪਟੈਂਸ, ਪ੍ਰੋਵਿੰਸ ਤੋਂ ਅਟੈਂਸ਼ਨ ਲੈਟਰ, ਫੀਸ ਆਦਿ ਦੇ ਸਬੂਤ ਹੋਣੇ ਚਾਹੀਦੇ ਨੇ। ਸਟੱਡੀ ਵੀਜ਼ੇ ਦੀ ਅਰਜ਼ੀ ਦੀ ਫੀਸ $150 ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਔਨਲਾਈਨ ਹਾਸਲ ਕੀਤੀ ਜਾ ਸਕਦੀ ਹੈ। ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਇਸ ਐਲਾਨ ਦੇ ਨਾਲ ਨਵੇਂ ਆਉਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਪੁਰਾਣੇ ਵਿਦਿਆਰਥੀ ਵੀ ਪ੍ਰਭਾਵਿਤ ਹੋਣਗੇ। ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀ ਜਿਨ੍ਹਾਂ ਨੂੰ ਸਟੱਡੀ ਪਰਮਿਟ ਪਹਿਲਾਂ ਹੀ ਮਿਲ ਚੁੱਕਾ ਹੈ, ਉਹਨਾਂ ਨੂੰ ਵੀ ਹੁਣ ਨਵੇਂ ਸਿਰੇ ਤੋਂ ਅਰਜ਼ੀ ਦੇਣੀ ਪਵੇਗੀ। ਪੜ੍ਹਾਈ ਲਈ ਆਉਣ ਵਾਲੇ ਵਿਦਿਆਰਥੀ ਜਿਨ੍ਹਾਂ ਨੇ ਹਾਲ ਹੀ ਵਿੱਚ ਸਟੱਡੀ ਵੀਜ਼ੇ ਦੀ ਅਰਜ਼ੀ ਦਿੱਤੀ ਹੈ, ਉਹ ਵੀ ਇਸ ਨਿਯਮ ਤੋਂ ਬਾਅਦ ਚਿੰਤਾ ਦੇ ਵਿੱਚ ਨੇ। ਬਹੁਤ ਸਾਰੇ ਵਿਦਿਆਰਥੀ ਜਿਨ੍ਹਾਂ ਨੇ ਹੁਣ ਪ੍ਰਾਈਵੇਟ ਕਾਲਜਾਂ ਵਿੱਚ ਪੜ੍ਹਾਈ ਸ਼ੁਰੂ ਕਰਨੀ ਹੈ, ਕਾਲਜ ਬਦਲਣ ਦੀ ਸੂਰਤ ਵਿੱਚ ਉਹਨਾਂ ਨੂੰ ਹੁਣ ਮੁੜ ਤੋਂ ਅਰਜ਼ੀ ਦੇਣੀ ਪਵੇਗੀ। ਦੱਸਣਯੋਗ ਹੈ ਕਿ ਬਹੁਤ ਸਾਰੇ ਕਾਲਜਾਂ ਵਿੱਚ ਵਰਕ ਪਰਮਿਟ ਨਹੀਂ ਮਿਲਦਾ। ਵਿਦਿਆਰਥੀ ਇੱਕ ਵਾਰ ਸਟੱਡੀ ਪਰਮਿਟ ਲੈ ਕੇ ਆਉਣ ਤੋਂ ਬਾਅਦ ਅਜਿਹੇ ਪਬਲਿਕ ਕਾਲਜ ਵਿੱਚ ਦਾਖਲਾ ਲੈ ਲੈਂਦੇ ਨੇ ਜਿਨ੍ਹਾਂ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਵਰਕ ਪਰਮਿਟ ਮਿਲ ਜਾਂਦਾ ਹੈ। ਪੰਜਾਬ ਤੋਂ ਇਮੀਗ੍ਰੇਸ਼ਨ ਮਾਹਰ ਕੁਲਦੀਪ ਸਿੰਘ ਨੇ ਕਿਹਾ ਕਿ ਕੈਨੇਡਾ ਵੱਲੋਂ ਅਚਾਨਕ ਨਿਯਮ ਬਦਲਣ ਨਾਲ ਜਿੱਥੇ ਇਮੀਗ੍ਰੇਸ਼ਨ ਦੇ ਕਾਰੋਬਾਰ ਨੂੰ ਸੱਟ ਲੱਗੀ ਹੈ, ਉੱਥੇ ਹੀ ਬਿਨੈਕਾਰ ਵੀ ਪਰੇਸ਼ਾਨ ਨੇ। ਕੁਲਦੀਪ ਸਿੰਘ ਮੁਤਾਬਿਕ ਸਾਡੇ ਬਹੁਤ ਸਾਰੇ ਵਿਦਿਆਰਥੀਆਂ ਨੇ ਜਨਵਰੀ ਲਈ ਸਟੱਡੀ ਵੀਜ਼ੇ ਦੀ ਅਰਜ਼ੀ ਦਿੱਤੀ ਹੈ, ਪਰ ਉਹਨਾਂ ਕਾਲਜਾਂ ਵਿੱਚ ਵਰਕ ਪਰਮਿਟ ਨਾ ਹੋਣ ਕਾਰਨ ਕਾਲਜ ਬਦਲਣ ਵਾਲੀ ਨਵੀਂ ਨੀਤੀ ਕਾਰਨ ਉਕਤ ਵਿਦਿਆਰਥੀ ਪਰੇਸ਼ਾਨ ਨੇ। ਗੌਰਤਲਬ ਹੈ ਕਿ ਕੈਨੇਡਾ ਵੱਲੋਂ ਅਕਤੂਬਰ ਮਹੀਨੇ ਦੌਰਾਨ ਵਰਕ ਪਰਮਿਟ ਲੈਣ ਲਈ ਯੋਗ ਕੋਰਸਾਂ ਦਾ ਐਲਾਨ ਕਰ ਦਿੱਤਾ ਗਿਆ ਸੀ। ਯੋਗ ਕੋਰਸਾਂ ਨੂੰ ਮੋਟੇ ਤੌਰ 'ਤੇ 5 ਸ਼੍ਰੇਣੀਆਂ ਵਿੱਚ ਵੰਡਿਆ ਗਿਆ। ਜਾਰੀ ਕੀਤੀ ਗਈ ਲਿਸਟ ਵਿੱਚ ਖੇਤੀਬਾੜੀ, ਸਿਹਤ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ, ਬਿਜ਼ਨਸ ਅਤੇ ਟਰਾਂਸਪੋਰਟ ਖੇਤਰ ਸ਼ਾਮਿਲ ਨੇ। ਇਮੀਗ੍ਰੇਸ਼ਨ ਮਾਹਰਾਂ ਮੁਤਾਬਿਕ ਸਰਕਾਰ ਦਾ ਇਹ ਕਦਮ ਦੇਸ਼ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਨੂੰ ਘਟਾਉਣ ਵਾਲਾ ਅਗਲਾ ਕਦਮ ਹੈ। ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਸਟੱਡੀ ਵੀਜ਼ੇ ਦੀ ਮੁੜ ਤੋਂ ਅਰਜ਼ੀ ਵਿੱਚ ਵੀਜ਼ਾ ਅਫਸਰ ਬਹੁਤ ਸਾਰੀਆਂ ਚੀਜ਼ਾਂ ਵੇਖੇਗਾ ਅਤੇ ਫਿਰ ਕੋਈ ਫੈਸਲਾ ਦੇਵੇਗਾ। ਮਾਹਰਾਂ ਮੁਤਾਬਿਕ ਸ਼ਰਤਾਂ ਪੂਰੀਆਂ ਨਾ ਕਰਦੇ ਹੋਣ ਵਾਲੇ ਵਿਦਿਆਰਥੀਆਂ ਦਾ ਵੀਜ਼ਾ ਰੱਦ ਹੋਣ ਕਾਰਨ ਉਹਨਾਂ ਦਾ ਕਾਲਜ ਨਹੀਂ ਬਦਲੇਗਾ ਅਤੇ ਅੰਤ ਨੂੰ ਉਹਨਾਂ ਨੂੰ ਕੈਨੇਡਾ ਤੋਂ ਵਾਪਸ ਜਾਣਾ ਪਵੇਗਾ। ਕੈਨੇਡਾ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕੰਮ ਕਰਨ ਦੇ ਘੰਟਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਨਵੇਂ ਨਿਯਮਾਂ ਮੁਤਾਬਿਕ ਇੰਟਰਨੈਸ਼ਨਲ ਸਟੂਡੈਂਟਸ ਹੁਣ ਆਫ ਕੈਂਪਸ 24 ਘੰਟੇ ਕੰਮ ਕਰ ਸਕਣਗੇ। ਹਾਲ ਹੀ ਦੇ ਵਿੱਚ ਕੈਨੇਡਾ ਆਈ ਅੰਤਰਰਾਸ਼ਟਰੀ ਵਿਦਿਆਰਥਣ ਰਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਹਫ਼ਤੇ ਵਿੱਚ ਕੁਝ ਘੰਟੇ ਵੱਧ ਲੱਗਣ ਨਾਲ ਉਸਦੀ ਜ਼ਿੰਦਗੀ ਥੋੜ੍ਹੀ ਸੁਖਾਲੀ ਹੋ ਜਾਵੇਗੀ ਅਤੇ ਉਹ ਆਪਣੀ ਫੀਸ ਲਈ ਕੁਝ ਹੋਰ ਪੈਸੇ ਜੁਟਾ ਸਕੇਗੀ। ਕਾਮਿਆਂ ਦੀ ਘਾਟ ਨੂੰ ਦੂਰ ਕਰਨ ਲਈ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੌਰਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਦੇ ਘੰਟਿਆਂ 'ਤੇ 24 ਘੰਟੇ ਦੀ ਸੀਮਾ ਨੂੰ ਅਸਥਾਈ ਤੌਰ 'ਤੇ ਹਟਾ ਦਿੱਤਾ ਸੀ। ਇਸ ਸਾਲ 30 ਅਪ੍ਰੈਲ ਨੂੰ ਇਹ ਛੋਟ ਖਤਮ ਕਰਨ ਦਾ ਐਲਾਨ ਕੀਤਾ ਸੀ। ਨਿਯਮਾਂ ਮੁਤਾਬਿਕ ਵਿਦਿਆਰਥੀਆਂ ਲਈ ਕੈਂਪਸ ਉੱਤੇ ਕੰਮ ਕਰਨ ਦੇ ਘੰਟਿਆਂ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਨਿਰਧਾਰਿਤ ਬ੍ਰੇਕਾਂ ਜਿਵੇਂ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਫੁੱਲ ਟਾਈਮ ਕੰਮ ਕਰ ਸਕਦੇ ਨੇ। ਕੈਨੇਡਾ ਅਤੇ ਅਮਰੀਕਾ ਸਰਹੱਦ ਪਾਰ ਕਰਨ ਦੇ ਘੰਟੇ ਅਗਲੇ ਸਾਲ ਤੋਂ ਬਦਲੇ ਜਾ ਰਹੇ ਨੇ। ਵੱਖ ਵੱਖ ਥਾਵਾਂ ਦੇ ਉੱਤੇ ਇਹਨਾਂ ਘੰਟਿਆਂ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਜਦੋਂ ਤੋਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣੇ ਨੇ ਡੋਨਾਲਡ ਟਰੰਪ, ਉਦੋਂ ਤੋਂ ਹੀ ਕੈਨੇਡਾ ਅਮਰੀਕਾ ਸਰਹੱਦ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਪੈਦਾ ਹੁੰਦੀਆਂ ਵਿਖਾਈ ਦੇ ਰਹੀਆਂ ਨੇ। ਇਸ ਵਿਚਾਲੇ ਕੈਨੇਡਾ ਨੇ ਇੱਕ ਵੱਡਾ ਫੈਸਲਾ ਲਿਆ ਹੈ ਕਿ ਅਗਲੇ ਸਾਲ ਤੋਂ ਭਾਵ ਜਨਵਰੀ 2025 ਤੋਂ ਕੈਨੇਡਾ ਅਤੇ ਅਮਰੀਕਾ ਸਰਹੱਦ ਪਾਰ ਕਰਨ ਵਾਲੇ ਲੋਕਾਂ ਵਾਸਤੇ ਸਮੇਂ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ ਅਗਲੇ ਸਾਲ ਤੋਂ ਕੈਨੇਡਾ ਅਤੇ ਸੰਯੁਕਤ ਰਾਜ ਦੇ ਵਿਚਾਲੇ ਦਰਜਨਾਂ ਕਰੋਸਿੰਗਾਂ 'ਤੇ ਸਰਹੱਦ ਪਾਰ ਕਰਨ ਦੇ ਸਮੇਂ ਨੂੰ ਬਦਲ ਰਹੀ ਹੈ। CBSA ਨੇ ਬੀਤੇ ਦਿਨ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ 6 ਜਨਵਰੀ 2025 ਦੀ ਅੱਧੀ ਰਾਤ ਤੋਂ ਸ਼ੁਰੂ ਹੋ ਕੇ ਕੈਨੇਡਾ ਵਿੱਚ ਦਾਖਲੇ ਦੇ 35 ਜ਼ਮੀਨੀ ਬੰਦਰਗਾਹਾਂ 'ਤੇ ਸਰਵਿਸ ਦੇ ਘੰਟਿਆਂ ਨੂੰ ਵਿਵਸਥਿਤ ਕਰਨ ਦਾ ਇਰਾਦਾ ਰੱਖਿਆ ਜਾ ਰਿਹਾ ਹੈ। CBSA ਨੇ ਕਿਹਾ ਕਿ ਇਹ ਬਦਲਾਅ ਸੰਯੁਕਤ ਰਾਜ ਦੇ ਸਹਿਯੋਗ ਨਾਲ ਲਾਗੂ ਕੀਤੇ ਜਾ ਰਹੇ ਨੇ। ਏਜੰਸੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ CBSA ਨੂੰ ਪ੍ਰਵੇਸ਼ ਦੇ ਵਿਅਸਤ ਬੰਦਰਗਾਹਾਂ ਅਤੇ ਅਫਸਰਾਂ ਨੂੰ ਤੈਨਾਤ ਕਰਕੇ ਆਪਣੇ ਸਰੋਤਾਂ ਦੀ ਵਧੇਰੇ ਕੁਸ਼ਲਤਾ ਨਾਲ ਵਰਤੋਂ ਕਰਨ ਦੀ ਆਗਿਆ ਦੇਵੇਗਾ। ਇਹ CBSA ਦੀ ਯਾਤਰੀਆਂ ਅਤੇ ਸਮਾਨ ਦੀ ਪ੍ਰਕਿਰਿਆ ਕਰਨ ਦੇ ਨਾਲ ਨਾਲ ਲਾਗੂ ਕਰਨ ਦੀਆਂ ਗਤੀਵਿਧੀਆਂ ਦਾ ਪ੍ਰਬੰਧਨ ਕਰਨ ਦੀ ਸਮਰੱਥਾ ਦਾ ਸਮਰਥਨ ਕਰੇਗਾ। CBSA ਨੇ ਕਿਹਾ ਕਿ ਵਿਵਸਥਾਵਾਂ ਸਰਹੱਦੀ ਭਾਈਚਾਰਿਆਂ 'ਤੇ ਪ੍ਰਭਾਵ ਨੂੰ ਘੱਟ ਕਰਨ ਲਈ ਪ੍ਰਵੇਸ਼ ਦੇ ਬੰਦਰਗਾਹਾਂ 'ਤੇ ਲੋੜੀਂਦੀਆਂ ਸੇਵਾਵਾਂ ਦੇ ਸੰਚਾਲਨ ਦਬਾਅ, ਪੀਕ ਪੀਰੀਅਡਾਂ ਅਤੇ ਸਰਵਿਸਿਜ਼ ਦੇ ਵਿਸ਼ਲੇਸ਼ਣ 'ਤੇ ਆਧਾਰਿਤ ਨੇ। ਇਹ ਖ਼ਬਰ ਪਿਛਲੇ ਹਫ਼ਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਇਹ ਕਹਿਣ ਤੋਂ ਬਾਅਦ ਆਈ ਹੈ ਕਿ ਫੈਡਰਲ ਸਰਕਾਰ ਅਨਿਯਮਿਤ ਪ੍ਰਵਾਸੀਆਂ 'ਤੇ ਕਾਰਵਾਈ ਕਰਨ ਲਈ ਐਨਫੋਰਸਮੈਂਟ ਸਰੋਤਾਂ ਨੂੰ ਹੁਲਾਰਾ ਦੇਣ 'ਤੇ ਵਿਚਾਰ ਕਰ ਰਹੀ ਹੈ, ਜੋ ਕੈਨੇਡਾ ਨਹੀਂ ਛੱਡਦੇ ਅਤੇ ਸੁਰੱਖਿਅਤ ਥਰਡ ਕੰਟਰੀ ਸਮਝੌਤੇ ਨੂੰ ਆਪਸੀ ਲਾਗੂ ਕਰਨ ਦੀ ਜ਼ਰੂਰਤ ਨੂੰ ਸੰਬੋਧਨ ਕਰ ਰਹੇ ਨੇ। ਅਮਰੀਕਾ ਤੋਂ ਕੈਨੇਡਾ ਵਿੱਚ ਦਾਖਲ ਹੋਣ ਦੀ ਇੱਛਾ ਰੱਖਣ ਵਾਲੇ ਲੋਕਾਂ ਵਿੱਚ ਸੰਭਾਵੀ ਵਾਧੇ ਦੀ ਉਮੀਦ ਵਿੱਚ US ਕੈਨੇਡਾ ਸਰਹੱਦ 'ਤੇ ਵਾਧੂ ਸਰੋਤ ਜੋੜਨ ਦੀ ਯੋਜਨਾ 'ਤੇ ਵਿਰੋਧੀ ਪਾਰਟੀਆਂ ਅਤੇ ਪ੍ਰੋਵਿੰਸਾਂ ਦੁਆਰਾ ਸਰਕਾਰ 'ਤੇ ਦਬਾਅ ਪਾਇਆ ਗਿਆ, ਜਿੱਥੇ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਮੂਹਿਕ ਦੇਸ਼ ਨਿਕਾਲੇ ਦੀ ਸਹੁੰ ਖਾਧੀ ਹੈ। ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਨੇ ਪਿਛਲੇ ਹਫ਼ਤੇ ਦਾ ਵੈਸਟ ਬਲਾਕ ਦੀ ਮਰਸਡੀਜ਼ ਸਟੀਫਨਸਨ ਨੂੰ ਦੱਸਿਆ ਕਿ ਉਹ ਦੇਸ਼ ਵਿੱਚ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਅਤੇ ਹਟਾਉਣ ਅਤੇ ਅਮਰੀਕਾ ਵਿੱਚ ਸੁਰੱਖਿਆ ਖਤਰਿਆਂ ਨੂੰ ਰੋਕਣ ਲਈ ਕੰਮ ਕਰਨ ਵਾਲੀਆਂ ਏਜੰਸੀਆਂ ਦੇ ਕੰਮ 'ਤੇ ਭਰੋਸਾ ਰੱਖਦੇ ਨੇ, ਪਰ ਜੇ ਲੋੜ ਪਈ ਤਾਂ ਉਹ ਲਾਗੂ ਕਰਨ ਦੇ ਸਾਧਨਾਂ ਨੂੰ ਵਧਾਉਣਗੇ। ਡੋਮਿਨਿਕ ਲੈਬਲੈਂਕ ਦਾ ਕਹਿਣਾ ਹੈ ਕਿ RCMP ਅਤੇ CBSA ਦੁਆਰਾ ਕੰਮ ਆਉਣ ਵਾਲੇ ਡੋਨਾਲਡ ਟਰੰਪ ਪ੍ਰਸ਼ਾਸਨ ਨੂੰ ਸਾਬਤ ਕਰਨਾ ਚਾਹੀਦਾ ਹੈ, ਜਿਸ ਦੇ ਨਵੇਂ ਨਿਯੁਕਤ ਸਰਹੱਦੀ ਜਾਰ ਨੇ ਕੈਨੇਡਾ ਅਮਰੀਕਾ ਸਰਹੱਦ ਨੂੰ ਇੱਕ ਵੱਡਾ ਰਾਸ਼ਟਰੀ ਸੁਰੱਖਿਆ ਮੁੱਦਾ ਕਿਹਾ ਕਿ ਓਟਵਾ ਸਰਹੱਦ ਸੁਰੱਖਿਆ ਬਾਰੇ ਆਪਣੀਆਂ ਚਿੰਤਾਵਾਂ ਸਾਂਝੀਆਂ ਕਰਦਾ ਹੈ।
ਕੈਨੇਡਾ ਦੇ ਵਿੱਚ ਰਿਹਾਇਸ਼ੀ ਸੰਕਟ ਇੱਕ ਮੁੱਖ ਮੁੱਦਾ ਬਣਿਆ ਹੋਇਆ ਹੈ, ਨਾ ਕੇਵਲ ਆਮ ਜਨਤਾ ਵਾਸਤੇ ਬਲਕਿ ਵਿਦਿਆਰਥੀਆਂ ਵਾਸਤੇ ਵੀ। ਵਿਦਿਆਰਥੀ ਕਈ ਵਾਰ ਇਹ ਕਹਿੰਦੇ ਹੋਏ ਪਾਏ ਜਾਂਦੇ ਨੇ ਕਿ ਉਹਨਾਂ ਦੀ ਯੂਨੀਵਰਸਿਟੀ ਅਤੇ ਕਾਲਜ ਤੋਂ ਉਹਨਾਂ ਦੀ ਰਿਹਾਇਸ਼ ਕਿਤੇ ਦੂਰ ਹੁੰਦੀ ਹੈ, ਜਿਸ ਕਰਕੇ ਉਹ ਅਕਸਰ ਸਮੇਂ ਸਿਰ ਆਪਣੀਆਂ ਕਲਾਸਾਂ ਦੇ ਵਿੱਚ ਨਹੀਂ ਪਹੁੰਚ ਪਾਉਂਦੇ ਅਤੇ ਉਹਨਾਂ ਦੀ ਪੜ੍ਹਾਈ ਵੀ ਖਰਾਬ ਹੁੰਦੀ ਹੈ। ਅਜਿਹੇ ਦੇ ਵਿੱਚ ਸਰਕਾਰ ਨੇ ਅਹਿਮ ਫੈਸਲਾ ਲਿਆ ਅਤੇ ਗਲਫ ਦੇ ਵਿੱਚ ਵਿਦਿਆਰਥੀਆਂ ਵਾਸਤੇ ਹੋਰ ਰਿਹਾਇਸ਼ ਬਣਾਉਣ ਦੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ। ਗਲਫ ਓਨਟਾਰੀਓ ਵਿੱਚ ਵਧੇਰੇ ਵਿਦਿਆਰਥੀ ਰਿਹਾਇਸ਼ ਯੂਨਿਟਾਂ ਬਣ ਰਹੀਆਂ ਨੇ। ਯੂਨੀਵਰਸਿਟੀ ਆਫ ਗਲਫ ਵਿੱਚ ਇੱਕ ਨਵੇਂ ਵਿਦਿਆਰਥੀ ਨਿਵਾਸ ਲਈ ਯੋਜਨਾਵਾਂ ਚੱਲ ਰਹੀਆਂ ਨੇ, ਜੋ ਵਿਸ਼ੇਸ਼ ਤੌਰ 'ਤੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਬਣਾਈਆਂ ਗਈਆਂ ਨੇ। ਨਵਾਂ ਨਿਵਾਸ 25 ਸਾਲਾਂ ਵਿੱਚ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿੱਚ ਪਹਿਲਾ ਕੈਂਪਸ ਦੇ ਪੱਛਮੀ ਸਿਰੇ 'ਤੇ ਕਾਲਜ ਐਵੇਨਿਊ ਵੈਸਟ ਅਤੇ ਮੈਕਕਲਵਰ ਸਟਰੀਟ ਦੇ ਨੇੜੇ ਸਥਿਤ ਹੋਵੇਗਾ। ਪ੍ਰੋਜੈਕਟ ਵਿੱਚ ਲਗਭਗ 1500 ਵਿਦਿਆਰਥੀਆਂ ਲਈ ਜਗ੍ਹਾ ਦੇ ਨਾਲ ਦੋ ਇਮਾਰਤਾਂ ਸ਼ਾਮਿਲ ਹੋਣਗੀਆਂ। ਯੂਨੀਵਰਸਿਟੀ ਦੇ ਅਕੈਦਮਿਕ ਦੇ ਸਹਿਯੋਗੀ VP ਬ੍ਰਾਊਨ ਸ਼ਲਰਿਕ ਨੇ ਕਿਹਾ ਕਿ ਵਿਦਿਆਰਥੀ ਨਿਵਾਸ ਦੀ ਸਭ ਤੋਂ ਵੱਡੀ ਮੰਗ ਪਹਿਲੇ ਸਾਲ ਦੇ ਵਿਦਿਆਰਥੀਆਂ ਦੀ ਹੈ। ਇਹ ਯੂਨੀਵਰਸਿਟੀ ਜੀਵਨ ਵਿੱਚ ਤਬਦੀਲੀ ਦਾ ਹਿੱਸਾ ਹੈ, ਉਸ ਨਿਵਾਸ ਅਨੁਭਵ ਦੀ ਤਲਾਸ਼ ਕਰ ਰਹੇ ਨੇ। ਨਵੀਂ ਰਿਹਾਇਸ਼ ਪੂਰੀ ਤਰ੍ਹਾਂ ਪਹੁੰਚਯੋਗ ਹੋਵੇਗੀ ਅਤੇ ਵਿਦਿਆਰਥੀਆਂ ਨੂੰ ਲੋੜੀਂਦੀਆਂ ਸਾਰੀਆਂ ਸਹੂਲਤਾਂ ਇਸ ਵਿੱਚ ਹੋਣਗੀਆਂ। ਸਹਾਇਕ ਸੇਵਾਵਾਂ ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਐਟ ਟਾਊਨਸਲੇ ਨੇ ਕਿਹਾ ਕਿ ਇਸ ਦੀ ਆਪਣੀ ਭੋਜਨ ਸਹੂਲਤ, ਮੀਟਿੰਗ ਕਮਰੇ, ਬਹੁਮੰਤਵੀ ਕਮਰੇ, ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਉਹ ਕਮਿਊਨਿਟੀ ਬਣਾਉਣ ਲਈ ਲੋੜੀਂਦੀਆਂ ਚੀਜ਼ਾਂ ਵੀ ਹੋਣਗੀਆਂ। ਸ਼ੈਲਰਿਕ ਅਤੇ ਟਾਊਨਸਲੇ ਦੋਵਾਂ ਨੇ ਕਿਹਾ ਕਿ ਨਵੀਂ ਰਿਹਾਇਸ਼ ਨੂੰ ਬਣਾਉਣ ਦੀ ਲਾਗਤ ਲਗਭਗ $275 million ਹੋਵੇਗੀ। ਇੱਕ ਨਿਊਜ਼ ਰਿਲੀਜ਼ ਵਿੱਚ ਯੂਨੀਵਰਸਿਟੀ ਨੇ ਇਸ ਪ੍ਰੋਜੈਕਟ ਨੂੰ ਯੂਨੀਵਰਸਿਟੀ ਆਫ ਗਲਫ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਸਮਰਥਨ ਨੂੰ ਵਧਾਉਣ ਲਈ ਇੱਕ ਪ੍ਰਮੁੱਖ ਵਚਨਬੱਧਤਾ ਕਿਹਾ। ਸ਼ੈਲਰਿਕ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਇਹ ਯਕੀਨੀ ਬਣਾਉਣ ਲਈ ਸਾਡੀ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਾਂ, ਜਿਸ ਵਿੱਚ ਰਿਹਾਇਸ਼ ਵੀ ਸ਼ਾਮਿਲ ਹੈ। ਨਵਾਂ ਨਿਵਾਸ 2028 ਜਾਂ 29 ਵਿੱਚ ਪੂਰਾ ਹੋਣ ਅਤੇ ਖੁੱਲ੍ਹਣ ਦੀ ਉਮੀਦ ਹੈ। ਸਕੋਟਸਡੇਲ ਡਰਾਈਵ ਅਤੇ ਸਟੋਨ ਰੋਡ ਦੇ ਕੋਨੇ 'ਤੇ ਦੋ ਨਵੀਆਂ ਇਮਾਰਤਾਂ ਬਣਾਉਣ ਦੀ ਵੀ ਯੋਜਨਾ ਹੈ। ਸਿਟੀ ਕੌਂਸਲ ਨੇ ਪਿਛਲੇ ਬੁੱਧਵਾਰ ਫੋਰਮ ਐਸੈਟ ਮੈਨੇਜਮੈਂਟ ਦੀ ਤਰਫੋਂ MHBC ਪਲੈਨਿੰਗ ਦੁਆਰਾ ਜਮ੍ਹਾਂ ਕਰਵਾਈ ਗਈ ਇੱਕ ਅਰਜ਼ੀ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚ ਵਿਦਿਆਰਥੀਆਂ ਲਈ ਇੱਕ ਵਾਧੂ 499 ਨਵੇਂ ਕਿਰਾਏ ਦੀਆਂ ਯੂਨਿਟਾਂ ਦੇਖਣ ਨੂੰ ਮਿਲਣਗੀਆਂ। ਇੱਕ ਰਿਲੀਜ਼ ਦੇ ਵਿੱਚ ਫੋਰਮ ਐਸੈਟ ਮੈਨੇਜਮੈਂਟ ਹੁਣ ਇੱਕ ਸਾਈਟ ਪਲਾਨ ਐਪਲੀਕੇਸ਼ਨ ਨੂੰ ਇਕੱਠਾ ਕਰ ਰਿਹਾ ਹੈ, ਜਿਸ ਨੂੰ ਉਹ ਬਿਲਡਿੰਗ ਪਰਮਿਟ ਲਈ ਅਪਲਾਈ ਕਰਨ ਤੋਂ ਪਹਿਲਾਂ ਸ਼ਹਿਰ ਵਿੱਚ ਜਮ੍ਹਾਂ ਕਰਾਉਣਗੇ। ਸਕੋਟਸਡੇਲ ਵਿਕਾਸ ਦੇ ਉਸਾਰੀ ਕਦੋਂ ਸ਼ੁਰੂ ਹੋਣ ਦੀ ਉਮੀਦ ਹੈ ਜਾਂ ਨਵੀਂ ਇਮਾਰਤ ਕਦੋਂ ਮੁਕੰਮਲ ਹੋਵੇਗੀ, ਇਸ ਬਾਰੇ ਕੋਈ ਸਮਾਂ ਸਾਰਣੀ ਨਹੀਂ ਦਿੱਤੀ ਗਈ। ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਚਿੰਤਾਵਾਂ ਸਮੇਂ-ਸਮੇਂ 'ਤੇ ਪੈਦਾ ਹੁੰਦੀਆਂ ਨਜ਼ਰ ਆਈਆਂ ਨੇ, ਜਿਸ ਨੂੰ ਲੈ ਕੇ ਕੈਨੇਡਾ ਸਰਕਾਰ ਹੁਣ ਗੰਭੀਰ ਹੁੰਦੀ ਹੋਈ ਵਿਖਾਈ ਦੇ ਰਹੀ ਹੈ। ਅਤੇ ਇੱਕ ਤਾਜ਼ਾ ਖਬਰ ਦੀ ਜੇ ਮੰਨੀਏ ਤਾਂ ਇੱਕ ਤਾਜ਼ਾ ਖਬਰ ਦੇ ਮੁਤਾਬਿਕ ਗਰਭਵਤੀ ਭਾਰਤੀ ਔਰਤਾਂ ਦੇ ਨਾਲ ਕੈਨੇਡਾ ਦੇ ਹਸਪਤਾਲ ਭਰੇ ਹੋਏ ਨੇ। ਜੀ ਹਾਂ, ਕੁਝ ਲੋਕਾਂ ਨੇ ਹੁਣੇ ਚਿੰਤਾ ਜ਼ਾਹਰ ਕੀਤੀ ਹੈ ਕਿ ਕੈਨੇਡਾ ਦੇ ਹਸਪਤਾਲਾਂ ਦੇ ਵਿੱਚ ਪ੍ਰੈਗਨੈਂਟ ਇੰਡੀਅਨ ਲੇਡੀਜ਼ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ, ਜਿਸ ਤੋਂ ਬਾਅਦ ਅਸਲ ਕੈਨੇਡੀਅਨ ਚਿੰਤਾ ਦੇ ਵਿੱਚ ਆ ਗਏ ਨੇ। ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਰਹਿ ਰਹੇ ਨੇ। ਹਾਲ ਹੀ ਵਿੱਚ ਕੈਨੇਡੀਅਨ ਨਾਗਰਿਕ ਚੈਰ ਐਰੋਸ ਨੇ ਇੱਕ ਵੀਡੀਓ ਜਾਰੀ ਕਰਕੇ ਭਾਰਤੀਆਂ 'ਤੇ ਗੰਭੀਰ ਦੋਸ਼ ਲਾਏ ਨੇ। ਉਸਨੇ ਦਾਅਵਾ ਕੀਤਾ ਹੈ ਕਿ ਕਈ ਗਰਭਵਤੀ ਭਾਰਤੀ ਔਰਤਾਂ ਬੱਚੇ ਨੂੰ ਜਨਮ ਦੇਣ ਲਈ ਵਿਸ਼ੇਸ਼ ਤੌਰ 'ਤੇ ਕੈਨੇਡਾ ਆ ਰਹੀਆਂ ਨੇ। ਉਸਨੇ ਇਹ ਵੀ ਦੋਸ਼ ਲਾਇਆ ਹੈ ਕਿ ਇਹ ਔਰਤਾਂ ਕੈਨੇਡਾ ਦੀ ਸਿਹਤ ਸੰਭਾਲ ਪ੍ਰਣਾਲੀ ਦਾ ਫਾਇਦਾ ਉਠਾ ਰਹੀਆਂ ਨੇ।
ਉਹ ਇਸ ਦੀ ਵਰਤੋਂ ਆਪਣੇ ਬੱਚਿਆਂ ਲਈ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਨ ਲਈ ਕਰ ਰਹੀਆਂ ਨੇ। ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਬਾਅਦ ਉਹ ਆਪਣੇ ਬੱਚੇ ਰਾਹੀਂ ਪੂਰੇ ਪਰਿਵਾਰ ਨੂੰ ਕੈਨੇਡਾ ਲਿਆਉਣ ਦਾ ਕੰਮ ਕਰਦੇ ਨੇ। ਉਹਨਾਂ ਦੇ ਇਸ ਦਾਅਵੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਨਵੀਂ ਬਹਿਸ ਛਿੜ ਗਈ ਹੈ। ਇਹ ਦਾਅਵਾ ਉਸ ਸਮੇਂ ਕੀਤਾ ਗਿਆ ਹੈ ਜਦੋਂ ਭਾਰਤ ਅਤੇ ਕੈਨੇਡਾ ਦੇ ਸੰਬੰਧਾਂ ਵਿੱਚ ਤਣਾਅ ਚੱਲ ਰਿਹਾ ਹੈ। ਆਪਣੀ ਪੋਸਟ ਵਿੱਚ ਉਸਨੇ ਸਾਂਝਾ ਕੀਤਾ ਹੈ ਕਿ ਇੱਕ ਨਰਸ ਨੇ ਉਸਦੇ ਰਿਸ਼ਤੇਦਾਰ ਨੂੰ ਦੱਸਿਆ ਹੈ ਕਿ ਜਨੇਪਾ ਵਾਰਡ ਭਾਰਤੀ ਔਰਤਾਂ ਨਾਲ ਭਰੇ ਹੋਏ ਨੇ ਜੋ ਕੈਨੇਡਾ ਵਿੱਚ ਜਨੇਪੇ ਲਈ ਆਈਆਂ ਸਨ। ਰੋਜ਼ ਨੇ ਮੰਨਿਆ ਹੈ ਕਿ ਕੈਨੇਡੀਅਨ ਹਸਪਤਾਲਾਂ ਨੂੰ ਸਾਰੇ ਮਰੀਜ਼ਾਂ ਨੂੰ ਬਰਾਬਰ ਦੇਖਭਾਲ ਪ੍ਰਦਾਨ ਕਰਨੀ ਚਾਹੀਦੀ ਹੈ। ਹਾਲਾਂਕਿ ਉਹ ਇਹ ਵੀ ਮਹਿਸੂਸ ਕਰਦਾ ਹੈ ਕਿ ਭਾਰਤੀ ਪ੍ਰਵਾਸੀ ਔਰਤਾਂ ਕੈਨੇਡਾ ਦੇ ਮੈਟਰਨਿਟੀ ਵਾਰਡਾਂ ਵਿੱਚ ਬਹੁਤ ਸਾਰੇ ਬਿਸਤਰਿਆਂ 'ਤੇ ਕਬਜ਼ਾ ਕਰ ਰਹੀਆਂ ਨੇ। ਉਸਨੇ ਐਕਸ ਦੇ ਉੱਤੇ ਲਿਖਿਆ ਹੈ ਕਿ ਨਰਸ ਨੇ ਮੇਰੀ ਭਤੀਜੀ ਨੂੰ ਦੱਸਿਆ ਹੈ ਕਿ ਜਨੇਪਾ ਵਾਰਡ ਭਾਰਤੀ ਔਰਤਾਂ ਨਾਲ ਭਰੇ ਹੋਏ ਨੇ ਜੋ ਆਪਣੇ ਬੱਚੇ ਨੂੰ ਜਨਮ ਦੇਣ ਲਈ ਕੈਨੇਡਾ ਜਾਂਦੀਆਂ ਨੇ। ਕੈਨੇਡੀਅਨ ਨਾਗਰਿਕਤਾ ਹਾਸਲ ਕਰਨ ਲਈ ਬੱਚੇ ਨੂੰ ਉੱਥੇ ਜਨਮ ਦਿੰਦੀਆਂ ਨੇ। ਕੈਨੇਡੀਅਨ ਹਸਪਤਾਲ ਕਿਸੇ ਨੂੰ ਵੀ ਨਹੀਂ ਮੋੜਨਗੇ। ਇਸ ਲਈ ਉਹ ਇਹਨਾਂ ਸਾਰੀਆਂ ਵਿਦੇਸ਼ੀ ਭਾਰਤੀ ਔਰਤਾਂ ਨੂੰ ਸਵੀਕਾਰ ਕਰਦੇ ਨੇ ਜਿਸ ਨਾਲ ਵਾਰਡ ਭਰ ਜਾਂਦੇ ਨੇ। ਉਹਨਾਂ ਕਿਹਾ ਹੈ ਕਿ ਮੈਨੂੰ ਯਕੀਨ ਹੈ ਕਿ ਬੱਚੇ ਨੂੰ ਜਨਮ ਦੇਣ ਮਗਰੋਂ ਬਿੱਲ ਭਰਨਾ ਪਵੇਗਾ, ਪਰ ਕਿਉਂਕਿ ਉਹਨਾਂ ਕੋਲ ਕੈਨੇਡੀਅਨ ਹੈਲਥ ਕੇਅਰ ਨਹੀਂ ਹੈ ਤਾਂ ਸਾਡੀ ਸਿਹਤ ਸੰਭਾਲ ਪ੍ਰਣਾਲੀ ਉਹਨਾਂ ਤੋਂ ਬਿੱਲ ਕਿਵੇਂ ਵਸੂਲੇਗੀ। ਸਾਡੀ ਸਿਹਤ ਸੰਭਾਲ ਪ੍ਰਣਾਲੀ ਦੀ ਵਰਤੋਂ ਕਰਨ ਤੋਂ ਬਾਅਦ ਉਹ ਆਪਣੇ ਬੱਚੇ ਨਾਲ ਭਾਰਤ ਵਾਪਸ ਆ ਜਾਂਦੇ ਨੇ। ਜਦੋਂ ਉਹਨਾਂ ਦਾ ਬੱਚਾ ਭਾਰਤ ਵਿੱਚ ਵੱਡਾ ਹੁੰਦਾ ਹੈ ਤਾਂ ਉਹ ਇੱਕ ਕੈਨੇਡੀਅਨ ਨਾਗਰਿਕ ਦੇ ਰੂਪ ਵਿੱਚ ਆਪਣੇ ਮਾਤਾ ਪਿਤਾ ਅਤੇ ਭੈਣ ਭਰਾ ਨੂੰ ਸਪੋਂਸਰ ਕਰਦੇ ਨੇ ਅਤੇ ਪੂਰੇ ਪਰਿਵਾਰ ਨੂੰ ਲਿਆਉਂਦੇ ਨੇ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹ ਸਭ ਕੈਨੇਡੀਅਨ ਟੈਕਸਦਾਤਾਵਾਂ ਦੇ ਖਰਚੇ 'ਤੇ ਫ੍ਰੀ ਹੋਵੇਗਾ। ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ। ਕਈ ਲੋਕ ਇਸ ਵੀਡੀਓ 'ਚ ਕੀਤੇ ਗਏ ਦਾਅਵਿਆਂ ਦਾ ਸਮਰਥਨ ਕਰ ਰਹੇ ਨੇ, ਜਦਕਿ ਕਈ ਇਸ ਦੇ ਖਿਲਾਫ਼ ਨੇ ਅਤੇ ਦਾਅਵਿਆਂ ਦੀ ਆਲੋਚਨਾ ਕਰ ਰਹੇ ਨੇ। ਕੁਝ ਕੈਨੇਡੀਅਨ ਨਾਗਰਿਕਾਂ ਨੇ ਵੱਖਰਾ ਨਜ਼ਰੀਆ ਪੇਸ਼ ਕਰਦੇ ਹੋਏ ਜ਼ੋਰ ਦੇ ਕੇ ਕਿਹਾ ਹੈ ਕਿ ਭਾਰਤੀਆਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ। ਇੱਕ ਯੂਜ਼ਰ ਨੇ ਕਿਹਾ ਕਿ ਜਿੰਨਾ ਚਿਰ ਸਰਕਾਰ ਇਜਾਜ਼ਤ ਦਿੰਦੀ ਹੈ ਉਦੋਂ ਤੱਕ ਕੁਝ ਵੀ ਗੈਰ ਕਾਨੂੰਨੀ ਨਹੀਂ ਹੈ, ਸਰਕਾਰ ਨੂੰ ਪਾਬੰਦੀ ਲਗਾਉਣ ਦੀ ਲੋੜ ਹੈ। ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ ਹੈ ਕਿ ਅਜੀਬ ਲੱਗਦਾ ਹੈ ਅਤੇ ਇੱਕ ਭਾਰਤੀ ਨਾਗਰਿਕ ਹੋਣ ਦੇ ਨਾਤੇ ਮੈਂ ਕਿਸੇ ਤਰ੍ਹਾਂ ਸਹਿਮਤ ਹਾਂ। ਇਹ ਰੁਝਾਨ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਭਾਰਤ ਬਾਰੇ ਨਹੀਂ ਹੈ। ਮੇਰਾ ਮੰਨਣਾ ਹੈ ਕਿ ਜ਼ਿਆਦਾਤਰ ਏਸ਼ੀਆਈ ਦੇਸ਼ਾਂ ਵਿੱਚ ਅਜਿਹਾ ਹੀ ਹੁੰਦਾ ਹੈ। ਕੈਨੇਡੀਅਨ ਰਾਜਨੀਤੀ ਇਸ ਗੁੰਝਲਦਾਰ ਸਿਸਟਮ ਵਿੱਚ ਪ੍ਰਵੇਸ਼ ਕਰਦੀ ਹੈ। ਇੱਕ ਤੀਜੀ ਯੂਜ਼ਰ ਨੇ ਲਿਖਿਆ ਹੈ ਕਿ ਤੁਹਾਡੀਆਂ ਚਿੰਤਾਵਾਂ ਜਾਇਜ਼ ਨੇ, ਪਰ ਇਹ ਮੁੱਦਾ ਕਿਸੇ ਇੱਕ ਦੇਸ਼ ਦੀ ਨਹੀਂ, ਕੈਨੇਡਾ ਦੀਆਂ ਨੀਤੀਆਂ ਵਿੱਚ ਖਾਮੀਆਂ ਕਾਰਨ ਪੈਦਾ ਹੋਇਆ ਹੈ। ਇਹ ਇੱਕ ਪ੍ਰਣਾਲੀਗਤ ਮੁੱਦਾ ਹੈ ਜਿਸ ਨੂੰ ਹੱਲ ਕਰਨ ਦੀ ਲੋੜ ਹੈ। ਜਾਂਦੇ ਜਾਂਦੇ ਇੱਕ ਨਜ਼ਰ ਮਾਰ ਲੈਂਦੇ ਹਾਂ ਅੱਜ ਦੀਆਂ ਸੋਨੇ ਦੀਆਂ ਕੀਮਤਾਂ 'ਤੇ। 18 ਕੈਰਟ 1 ਤੋਲਾ ਸੋਨੇ ਦੀ ਕੀਮਤ 692.7 ਕੈਨੇਡੀਅਨ ਡਾਲਰ ਹੈ। 22 ਕੈਰਟ 1 ਤੋਲਾ ਸੋਨੇ ਦੀ ਕੀਮਤ 851 ਕੈਨੇਡੀਅਨ ਡਾਲਰ ਹੈ। 24 ਕੈਰਟ 1 ਤੋਲਾ ਸੋਨੇ ਦੀ ਕੀਮਤ 949.9 ਕੈਨੇਡੀਅਨ ਡਾਲਰ ਹੈ। ਭਾਰਤੀ ਰੁਪਈਆਂ 'ਚ ਜ਼ਿਕਰ ਕਰੀਏ ਤਾਂ 18 ਕੈਰਟ 1 ਤੋਲਾ ਸੋਨੇ ਦੀ ਕੀਮਤ ਹੈ 41,710 ਰੁਪਈਏ ਅਤੇ 85 ਪੈਸੇ। 22 ਕੈਰਟ 1 ਤੋਲਾ ਸੋਨੇ ਦੀ ਕੀਮਤ ਹੈ 52,242 ਰੁਪਈਏ ਅਤੇ 87 ਪੈਸੇ। 24 ਕੈਰਟ 1 ਤੋਲਾ ਸੋਨੇ ਦੀ ਕੀਮਤ ਹੈ 57,198 ਰੁਪਈਏ ਅਤੇ 12 ਪੈਸੇ। ਸੋ ਜ਼ਿਕਰ ਕਰਦੇ ਹਾਂ ਕੈਨੇਡੀਅਨ ਡਾਲਰ ਦਾ। ਅੱਜ ਇੱਕ ਕੈਨੇਡੀਅਨ ਡਾਲਰ ਦੀ ਕੀਮਤ 60 ਭਾਰਤੀ ਰੁਪਈਏ ਅਤੇ 22 ਭਾਰਤੀ ਪੈਸੇ ਦੇ ਬਰਾਬਰ ਹੋ ਗਈ ਹੈ, ਜੋ ਕਿ ਬੀਤੇ ਦਿਨਾਂ ਦੇ ਨਾਲੋਂ ਇੱਕ ਵਾਧਾ ਵੇਖਣ ਨੂੰ ਮਿਲਿਆ। ਸੋ ਕੱਲ੍ਹ ਫਿਰ ਹਾਜ਼ਰ ਹੋਵਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। ਮੈਨੂੰ ਦੇ ਇਜਾਜ਼ਤ, ਧੰਨਵਾਦ।